ਹਾਂਜੀ, ਹੁਣ ਅਸੀਂ ਚੱਲੇ ਆ ਮੰਨੇ ਦਾ ਕੀ ਲੈਣ, ਮੰਨੇ ਬਰਥਡੇ ਬਲੂਨ। ਹੁਣ ਕਾਰਡ ਫੈਕਟਰੀ ਦੇ ਆ ਗਏ, ਇੱਥੋਂ ਕੀ ਲੈਣਾ ਮੰਨੇ? ਡਾਇਨਾਸੌਰ ਬਲੂਨ। ਉਹ ਦੇਖੀ ਮੇਰਾ ਹਾਲਾ ਡਰਾ ਹੀ ਦਿੱਤਾ ਓਏ। ਪੜਾਕੇ ਜੇ ਹੈ ਨੀ ਇਹਨਾਂ ਦੇ, ਪੜਾਕੇ ਜੇ ਐਂ ਜੀ ਚੱਲ ਦਿੰਦੇ ਜਿਹੜੇ ਪੜਾਕੇ। ਆ ਕੀ ਆ ਗੁੱਤਨੀ ਜੀ? ਗੁੱਤਨੀ ਨਹੀਂ ਹੈਗਾ। ਅੱਜ ਕਮਰਾ ਸਾਫ ਆ ਆਪਣਾ। ਹਾਂ, ਅੱਜ ਕੁਛ ਖਲਾਰਨਾ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਅੱਜ ਆਪਾਂ ਤੁਹਾਡੀ ਲੈ ਕੇ ਆਏ ਇੱਕ ਨਵਾਂ ਵਲੌਗ। ਅੱਜ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ, ਗੁਰਦੁਆਰਾ ਸਿੰਘ ਸਭਾ ਸਾਊਥ ਆਫ, ਅਤੇ ਆ ਜਾਓ ਫਿਰ ਸਾਰਿਆਂ ਦੇ ਦਰਸ਼ਨ ਕਰਾਉਂਦੇ ਹਾਂ ਗੁਰੂ ਸਾਹਿਬ ਦੇ। ਗੁਰਦੁਆਰਾ ਸਾਹਿਬ ਦੀ ਮੁਰੰਮਤ ਦਾ ਕੰਮ ਚੱਲ ਰਿਹਾ। ਇੱਥੇ ਪਹਿਲਾਂ ਸੰਤਾਂ ਦੀਆਂ ਫੋਟੋਆਂ ਹੁੰਦੀਆਂ ਲੱਗੀਆਂ, ਅਤੇ ਹੁਣ ਗੁਰਦੁਆਰਾ ਸਾਹਿਬ ਦੀ ਮੁਰੰਮਤ ਚੱਲ ਰਹੀ ਹੈ। ਆ ਜਾਓ ਅੰਦਰ ਚੱਲਦੇ ਹਾਂ। ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਕਰਦੇ ਹਾਂ, ਜਿਹੜੀਆਂ ਪੌੜੀਆਂ ਇਹ ਤਾਂ ਦਰਬਾਰ ਸਾਹਿਬ ਜਾ ਵੜੇਂਦੀਆਂ, ਅਤੇ ਆ ਇੱਧਰ ਆ ਜਾਂਦਾ ਲੰਗਰ ਹਾਲ। ਜਦੋਂ ਉੱਪਰ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਤਾਂ ਪੌੜੀਆਂ ਜਦੋਂ ਚੜ੍ਹਦੇ ਹਾਂ ਉਹਦੇ ਕੋਰਨਰ 'ਤੇ ਨਾ ਬਹੁਤ ਹੀ ਯਾਨੀ ਕਿ ਮਹੱਤਵਪੂਰਨ ਸਿੱਖ ਇਤਿਹਾਸ ਨਾਲ ਆਪਣੀ ਹਿਸਟਰੀ ਦੇ ਨਾਲ ਜੋ ਸੰਬੰਧਨ ਨੇ ਸ਼ਾਸਤਰ ਪਏ ਨੇ ਗੁਰਦੁਆਰਾ ਸਾਹਿਬ ਵਿਖੇ ਸੰਭਾਲੇ ਹੋਏ ਨੇ। ਅਤੇ ਆਹ ਦੇਖੋ ਤੁਸੀਂ ਜਿਹੜੀਆਂ ਇੱਟਾਂ ਨੇ ਇਹ ਸ੍ਰੀ ਦਰਬਾਰ ਸਾਹਿਬ ਵਿੱਚੋਂ ਲੈ ਕੇ ਆਉਂਦੀਆਂ ਹੋਈਆਂ ਨੇ ਸਾਂਭ ਕੇ। ਬਹੁਤ ਹੀ ਯਾਨੀ ਕਿ ਇਤਿਹਾਸਕਾਰ ਚੀਜ਼ਾਂ, ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਇੱਥੇ ਸਾਂਭ ਕੇ ਰੱਖੀਆਂ ਨੇ ਗੁਰਦੁਆਰਾ ਸਾਊਥ ਹਾਲ ਵਿੱਚ। ਜਿਹੜੇ ਬੰਦੇ ਰੋਜ਼ ਜਾਂਦੇ ਉਹਨਾਂ ਨੂੰ ਤਾਂ ਪਤਾ, ਹੁਣ ਜਿਹੜਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦਿਖਾ ਰਹੇ ਹਾਂ। ਸਾਰਾ ਕੁਛ ਲਿਖ ਕੇ ਲਾਇਆ ਇਹਨਾਂ ਨੇ ਬਕਾਇਦਾ ਵੀ ਕਿਵੇਂ ਕਿਹੜੀ ਚੀਜ਼ ਕੀ ਆ। ਅਤੇ ਆਹ ਜਿਹੜੇ ਆ ਪੁਰਾਣੇ ਆਪਣੇ ਪੁਰਾਤਨ ਸਿੱਕੇ ਆ, ਤੁਸੀਂ ਦੇਖੋ। ਮੈਂ ਤਾਂ ਅੱਜ ਪਹਿਲੀ ਵਾਰੀ ਦੇਖੇ ਆ ਇਹ, ਅਤੇ ਮੈਨੂੰ ਤਾਂ ਬਹੁਤ ਚਾਅ ਹੋਇਆ। ਤੁਸੀਂ ਵੀ ਕਰੋ ਦਰਸ਼ਨ। ਪਤਾ ਨਹੀਂ ਇਹ ਕਿੰਨੀਆਂ ਮਹਾਨ ਸ਼ਖਸੀਅਤਾਂ ਦੇ ਹੱਥਾਂ ਦੇ ਵਿੱਚੋਂ ਹੋ ਕੇ ਗੁਜ਼ਰੇ ਹੋਣਗੇ। ਅਤੇ ਆਹ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਰੱਖਿਆ ਹੋਇਆ ਉੱਪਰ। ਬਹੁਤ ਹੀ ਯਾਨੀ ਕਿ ਇਤਿਹਾਸ ਜਿਹੜਾ ਆਪਣਾ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਵਿੱਚ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ ਕਮੇਟੀ ਨੇ। ਉਸ ਤੋਂ ਬਾਅਦ ਇੱਥੇ ਬਣਾਈ ਹੋਈ ਆ ਇੱਕ ਪ੍ਰੋਫੈਸਰ ਗੁਰਮੁਖ ਸਿੰਘ ਲਾਇਬ੍ਰੇਰੀ। ਜਨਮ ਰਤਨ ਜਿੰਨੀ ਖੱਟਿਆ ਪਲੇ ਸੇ ਬਣ ਜਾਵੇ, ਪਲੇ ਸੇ ਬਣ ਜਾਵੇ। ਜਨਮ ਰਤਨ ਜਿੰਨੀ ਖੱਟਿਆ ਪਲੇ ਸੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਹਾਂ ਤਾਂ ਆਹ ਕਬਰਾਂ ਬਣੀਆਂ ਨੇ ਗੋਰਿਆਂ ਦੀਆਂ, ਅਤੇ ਇੱਥੇ ਗੋਰਿਆਂ ਦਾ ਫਿਨਰਲ ਜਿਹੜਾ ਕਰਕੇ ਜਾਂਦੇ ਆ। ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜੋ ਗੋਰਿਆਂ ਦੀਆਂ ਕਬਰਾਂ ਬਣੀਆਂ ਨੇ। ਤੂੰ ਸਵੇਰੇ ਨਹੀਂ ਟਾਈਮ ਬਣਾਉਂਦਾ? ਓਏ ਸਵੇਰੇ ਉੱਠਿਆ ਨਹੀਂ ਜਾਂਦਾ ਮੈਨੂੰ ਇਹ ਛੇਤੀ। ਹਾਂਜੀ, ਹੁਣ ਅਸੀਂ ਚੱਲੇ ਆ ਮੰਨੇ ਦਾ ਕੀ ਲੈਣ, ਮੰਨੇ ਬਰਥਡੇ ਬਲੂਨ। ਮੰਨੇ ਦਾ ਕਿੱਦਣ ਜਨਮ ਦਿਨ ਮਨਾਉਣਾ, ਕਿੱਦਣ ਮੰਨੇ? ਉਹ ਫਿਰ ਕੀ ਖਾਣਗੇ, ਵੈਜ ਖਾਣਗੇ ਕਿ ਨੋਨ ਵੈਜ? ਦੋਨੇ ਠੀਕ। ਅੱਛਾ, ਨੋਟਬੁੱਕ ਲਈ ਆ ਤੂੰ? ਮੇਰੇ ਕੋਲ ਛੋਟੀ ਜੀ ਐਡੀ ਇੱਕ ਵੱਡੀ। ਹਾਂ, ਉਹ ਮੇਰੀ ਪੈਨਸਲ ਕੇਸ ਦੇ ਵਿੱਚ ਆ। ਹਾਂ, ਉਹਦੇ ਉੱਪਰ ਇਹ ਪਹਿਲੀ ਪੇਜ ਤੇ ਉਹਦੇ ਉੱਪਰ ਨੰਬਰ ਨੇ। ਅੱਛਾ, ਵੀ ਕਿਹਨੇ ਨਾਨ ਵੈਜ ਲੈਣਾ ਤੇ ਕਿਹਨੇ ਵੈਜ ਲੈਣਾ। ਵਾਹ ਜੀ ਵਾਹ।
ਪੂਰੀ ਡਾਇਰੀ ਲਾਈ ਵੀ ਹੈ ਹੈ ਬਈ ਨਾਂ ਲਿਖੇ ਵੀ ਆਪਦੇ ਸਾਰੇ ਆੜੀਆਂ ਦੇ ਕੌਣ ਕੀ ਕੀ ਆ ਰਿਹਾ ਤੇਰੇ ਬਰਥਡੇ ਦੇ ਉੱਤੇ ਤੇਰੇ ਬਰਥਡੇ ਤੇ ਕੀ ਕੁਛ ਲੈ ਕੇ ਆਉਣਾ ਹੁਣ ਤੂੰ ਬਲੂਨ ਹਾਂ ਚਲੋ ਬਈ ਹੁਣ ਕਾਰਡ ਫੈਕਟਰੀ ਤੇ ਆ ਗਏ ਇੱਥੋਂ ਕੀ ਲੈਣਾ ਮੰਨੇ ਬਲੂਨ ਹੈ ਡਾਇਨਾਸੌਰ ਬਲੂਨ ਕੀ ਡਾਇਨਾਸੌਰ ਬਲੂਨ ਹਾਂ ਚਲ ਆ ਜਾ ਦੇਖੀਏ ਜੇ ਮਿਲਦੇ ਆ ਮਿਲਣਗੇ ਇੱਥੋਂ ਮੈਨੂੰ ਲੱਗਦਾ ਚਲ ਦੇਖੀਏ ਕੀ ਲੈਣਾ ਓਏ ਹੈ ਓਏ ਓ ਆ ਕੀ ਚੱਕ ਲਿਆ ਤੇਰੇ ਡਾਇਨਾਸੌਰ ਵਾਲੇ ਹੈ ਤਾਂ ਹੈ ਨਹੀਂ ਇਹਨਾਂ ਦੇ ਹੈ ਓਏ ਇੱਕ ਹੈਗੇ ਆ ਹੋਰ ਹੁਣ ਕੀ ਲੱਭਦਾ ਵਾਂ ਹੈ ਉਹ ਮੰਨੇ ਇਹ ਕੀ ਤਾਂ ਕੱਪ ਆ ਚਾਹ ਵਾਲੇ ਯਾਰ ਲਓ ਜੀ ਕਾਰਡ ਫੈਕਟਰੀ ਵਿੱਚ ਤਾਂ ਕਾਰਡਾਂ ਵਾਲੀ ਧੁੱਕੀ ਕੱਢੀ ਪਈ ਇਹਨਾਂ ਨੇ ਪੂਰੇ ਸਾਰੇ ਕਾਰਡ ਹੀ ਕਾਰਡ ਆ ਕੋਈ ਬਰਥਡੇ ਕਾਰਡ ਆ ਕੋਈ ਰਿਟਾਇਰਮੈਂਟ ਕਾਰਡ ਆ ਜਵਾਕਾਂ ਵਾਲੇ ਖਿਡਾਉਣੇ ਸਾਰਾ ਕੁਛ ਇੱਥੇ ਪਿਆ ਚੱਲ ਓਏ ਨਿਬੜ ਗਿਆ ਤੇਰਾ ਬੁੱਲ ਬਣਾਉਣ ਵਾਲਾ ਕੰਮ ਤਾਂ ਚੱਲ ਹੁਣ ਹੋਰ ਕੀ ਰਹਿ ਗਿਆ ਓਏ ਹੋਰ ਕੀ ਰਹਿ ਗਿਆ ਕੁਛ ਨਹੀਂ ਚੱਲੀਏ ਬਸ ਕਰਨ ਹਾਂ ਹੋਰ ਕੀ ਰਹਿੰਦਾ ਹਜੇ ਉਹ ਮੰਨੇ ਹੈ ਨਹੀਂ ਉਹ ਪੜਾਕੇ ਜੇ ਹੈ ਨਹੀਂ ਇਹਨਾਂ ਦੇ ਪੜਾਕੇ ਜੇ ਐਂ ਜੀ ਚੱਲਦੇ ਹੁੰਦੇ ਜਿਹੜੇ ਪੜਾਕੇ ਜਿਹੜੇ ਉਹ ਫੁੱਲ ਜੇ ਨਿਕਲਦੇ ਹੁੰਦੇ ਆ ਕਾਗਜ਼ ਜੇ ਵਾਲੇ ਹੈ ਨਹੀਂ ਇਹਨਾਂ ਦੇ ਪੜਾਕੇ ਚਲੋ ਜੀ ਐਡੀ ਵੱਡੀ ਦੁਕਾਨ ਆ ਪੜਾਕੇ ਹੈ ਨਹੀਂ ਆਪਣੇ ਇੱਥੇ ਦੁਕਾਨਾਂ ਦੇ ਹੱਟਾਂ ਦੇ ਮਿਲ ਜਾਂਦੇ ਆ ਉਹ ਦੇਖੀ ਮੁੰਡਾ ਹੌਲਾ ਡਰਾ ਹੀ ਦਿੱਤਾ ਓਏ ਕੰਮ ਬਾਲਾ ਕੀਤਾ ਐਡੇ ਵੱਡੇ ਸਟੋਰ ਤੇ ਯਾਰ ਹੱਦ ਹੋ ਗਈ 100 ਰੁਪਈਆਂ ਵਾਲਾ ਪੜਾਕਾ ਹੈ ਨਹੀਂ ਆਪਣੇ ਇੱਥੇ ਹੱਟੀਆਂ ਦੇ ਮਿਲ ਜਾਂਦੇ ਆ ਇਹ ਤਾਂ ਫਰਕ ਆ ਫਿਰ ਪੰਜਾਬ ਤੇ ਇੰਗਲੈਂਡ ਦਾ ਆਹ ਕੀ ਆ ਗੁਤਨੀ ਜੀ ਗੁਤਨੀ ਨਹੀਂ ਹੈਗਾ ਹਾਂ ਹੋਰ ਕੀ ਇਹ ਤਾਂ ਪੁੱਲ ਕੋਈ ਵਾਲੀ ਹੋ ਹਲਾ ਉਹ ਮਾਮਾ ਟੋਟੀ ਨਾ ਜਾਵੇ ਆਪਣੇ ਜੁੰਮੇ ਪੈ ਜੂ ਇਹ ਪੈਸੇ ਦੇਣੇ ਪੈਣਗੇ ਟੁੱਟ ਗਈ ਰੱਖ ਦੇ ਇਹਨੂੰ ਫੁੱਲ ਜੇ ਨੂੰ ਇੱਧਰ ਹੱਥਾਂ 'ਚ ਤਿਲਕਦਾ ਜਾਂਦਾ ਇਹ ਤਾਂ ਉਹ ਟੁੱਟ ਜੂ ਮਾਮਾ ਇਹਨਾਂ ਨੇ ਫਿਰ ਪੈਸੇ ਮੰਗਣਾ ਇੱਥੇ ਚੰਗਾ ਵਾ ਨੱਕ ਜਿਹਾ ਫੜੀ ਫਿਰਦਾ ਓਏ ਉਹ ਤੇਰੀ ਤੂੰ ਭੰਨੇਗਾ ਕਰੇਗਾ ਕੰਮ ਤੂੰ ਭੰਨਣਾ ਤੇ ਰੱਖ ਦੇ ਜੁੰਮੇ ਪੈ ਜੂ ਆਪਣੇ ਓਏ ਬੁੱਲ ਬੁਲਾ ਉਹ ਟੁੱਟ ਗਈ ਆਪਣੀ ਆਈਫੋਨ ਵਾਲੀ ਯਾਰ ਉਹ ਲੈਣੀ ਆ ਇੱਥੋਂ ਆਪਣਾ ਫੋਨ ਛੇਤੀ ਭਰ ਜਾਂਦਾ ਫਿਰ ਬਲੌਗ ਦਾ ਵੱਡੇ ਹੁੰਦੇ ਆ ਇਸੀ ਲੈ ਲੈਣ ਆਹ ਲੈ ਐਂ ਬਾਲ ਕਰਾ ਦਈਏ ਆਪਾਂ ਇੱਥੇ ਭਰਨਾ ਪੈਂਦਾ ਹੈ ਭਰੇ ਤੂੰ ਨਾ ਉਹ ਸੈਂਡ ਉਹ ਭਰ ਪੈਣੇ ਸੈਂਡ ਡੈਸਕ ਭਰ ਸੈਂਡ ਡੈਸਕ ਉਹ ਆ ਗਿਆ ਉਹ ਮੈਂ ਆਹੀ ਆ ਮੈਮਰੀ ਕਾਰਡ ਦੇਖ ਲੈ ਮੇਰੀ ਕਾਰਡ ਨਹੀਂ ਇਹਦਾ ਮੈਮਰੀ ਕਾਰਡ ਆ ਲਓ ਸਰ ਜੀ ਨੇ ਬੁੱਲ ਬੁਲੇ ਲੈ ਲਏ
ਆਪਣੇ 10,000 ਦੇ ਇੰਡੀਆ ਦੇ ਹਿਸਾਬ ਨਾਲ ਇੱਥੇ ਇਹਨਾਂ ਨੂੰ 100 ਦੇ ਦਿੱਤੇ ਆ 5-6 ਪੈਡਕ ਜੇ ਆਪਣੇ ਉੱਧਰ ਲੈਣੇ ਹੁੰਦੇ 10,000 ਦੇ ਤਾਂ ਅੱਧੀ ਦੁਕਾਨ ਆ ਜਾਣੀ ਸੀ ਨਾਲੇ ਲਾ ਕੇ ਜਾਣੇ ਸੀ ਉਹਨਾਂ ਨੇ ਘਰੇ ਆ ਕੇ ਹੋਰ ਕੀ ਇਹ ਮਹਿੰਗਾ ਬਹੁਤ ਹੈ ਲੰਡਨ ਹੋਰ ਕੀ ਹੈ ਇਹ ਤੇਰੇ 10,000 ਦੇ 5-7 ਪੈਡਕ ਆਏ ਆ ਓਏ ਓਏ ਦੇਖ ਲਾ ਓਏ ਉੱਧਰ ਨਾਲੇ ਉਹਨਾਂ ਨੇ ਟੰਗ ਕੇ ਜਾਣੇ ਸੀ ਨਾਲੇ ਵਧੀਆ ਕਹਿਣਾ ਸੀ ਆ ਦਿਹਾੜੀ ਪੈ ਗਈ ਆਹੋ ਅੱਗੇ ਆਪਾਂ ਟੰਗਾਏ ਤਾਂ ਸੀ ਇੱਕ ਵਾਰੀ ਕਿਸਮਤ ਚ ਨੀ ਸੀ ਪੈ ਨਾ ਲੱਗੀਆਂ ਨਾ ਕੋਈ ਚੂ ਨਾ ਪੈ ਅਗਲਾ ਉਹ ਆਪਣੀ ਲੈਣ ਚਾਹੁੰਦਾ ਜਾਣਦਾ ਲੈਣਾ ਤਾਂ ਆਪਣੇ ਵੀ ਬਣੀਆਂ ਪਰ ਕੋਈ ਫੋਲੋ ਨੀ ਕਰਦਾ ਉਹ ਤਾਂ ਲੈਣ ਦੇ ਉੱਤੋਂ ਦੀ ਚਾੜਦਾ ਵੀ ਛੇਤੀ ਮੈਂ ਜਾਵਾਂਗਾ ਆਹ ਖੜੇ ਹੱਟੇ ਕੇ ਇਹਨਾਂ ਨੂੰ ਪਤਾ ਨੀ ਟਿਕਟ ਆ ਜਾਣੀ ਉਹਦੀ ਘਰੇ ਆਪਣੇ ਵੀ ਹੁਣ ਲੁਧਿਆਣੇ ਜਿਹੜਾ ਉਹ ਆ ਪੁਲ MBD ਵਾਲਾ ਉੱਥੇ ਖੜਦੇ ਆ 60 ਦੀ ਜਦੋਂ ਸਪੀਡ ਜਾਂਦੀ ਹੈ ਡਰਦੇ ਉਹੀ ਆ ਡੰਡਾ ਗੁਰੂ ਆ ਇਹਨਾਂ ਨੂੰ ਪਤਾ ਵੀ ਟਿਕਟ ਲੱਗਣੀ ਆ ਤਾਂ ਕਰਕੇ ਆਪੋ ਆਪਣੇ ਸਪੀਡਾਂ ਲੈਣਾ ਚ ਜਾਂਦੇ ਆ ਸਾਰੇ ਨਾ ਹੁਣ ਆਪਣੇ ਤਾਂ ਕਈ ਵਾਰੀ ਲਾਲ ਬੱਤੀਆਂ ਵੀ ਨਗਾ ਦਿੰਦੇ ਆ ਖੜੇ ਹੱਟੇ ਕੇ ਇਹੀ ਨਾ ਰੂਲ ਤਾਂ ਰੂਲ ਆ ਨਾ ਇੱਧਰ ਰੂਲ ਵੀ ਐਂ ਆ ਡਰਦੇ ਆ ਪੈਸੇ ਤੋਂ ਟਿਕਟ ਆਊਗੀ ਘਰੇ ਆਪਣੇ ਉੱਧਰ ਕੋਈ ਡਰ ਨਹੀਂ ਆਪਣੇ ਜੇ ਕੋਈ ਫੜਦਾ ਮਾੜਾ ਹੀ ਗੱਲ ਕਰਾਂਦੇ ਆ ਗੱਲ ਕਰਿਓ ਜੀ ਚਲੋ ਜੀ ਆਪਣੇ ਵਾਲਾ ਕੰਮ ਇੱਧਰ ਵੀ ਸ਼ੁਰੂ ਹੋਇਆ ਪਿਆ ਇਕੱਲੇ ਆਪਣੇ ਇੰਡੀਆ ਹੀ ਨਹੀਂ ਇੱਧਰ ਵੀ ਬਹੁਤ ਕੁਛ ਆ ਚੱਲਦਾ ਟਾਈਮ ਮਮਾ ਉਹਦੇ ਚ ਬੜ ਜਾਵਾ ਉਹਦੇ ਚ ਨਹੀਂ ਬੜਨਾ ਅੱਜ ਹਾਂ ਉਹਦੇ ਚ ਲਾ ਲਾ ਖਾਂ ਹਾਂ ਹੁਣ ਹੋ ਗਿਆ ਜੀ ਸਾਡਾ ਛੱਡ ਮਸਤੀ ਟਾਈਮ ਹੁਣ ਸ਼ੀ ਮਸਤੀ ਕੋਲ ਆਉਂਦੇ ਨੋ ਟੂ ਗੋ ਜੋਟ ਹਾਂ ਮੋ ਟੂ ਮੈਂ ਨਾਨੀ ਨੂੰ ਦੱਸੂਗਾ ਮੇਰੇ ਮਾੜਿਆ ਸੀਗਾ ਮੈਂ ਮੰਮਾ ਨੂੰ ਦੱਸੂਗਾ ਆਪਦੀ ਨੂੰ ਮੈਂ ਆਪਦੀ ਮੰਮਾ ਨੂੰ ਦੱਸੂਗਾ ਹਾਂ ਵੀ ਤਾੜੇ ਨੇ ਮੇਰੇ ਮਾੜਿਆ ਸੀਗਾ ਨਾਨੇ ਨੂੰ ਦੱਸੂ ਤੇਰੇ ਦੋ ਛੱਡੂ ਫਿਰ ਨਾਨਾ ਕਿੱਥੇ ਛੱਡਦਾ ਹੁੰਦਾ ਦੇਵਤਾ ਤੈਨੂੰ ਉਹ ਕੌਣ ਜੋ ਉਹ ਦੇ ਉਹ ਕੀ ਕਰਦਾ ਉਹ ਕੀ ਕਰਦਾ ਉਹ ਤੂੰ ਵੀ ਕਰਦਾ ਯਾਰ ਥੱਲੇ ਥੱਲੇ ਉਹ ਤੇ ਮੰਨਾ ਕਰਦਾ ਹੋਰ ਕੁਛ ਨੀ ਖਿਲਾਰਨਾ ਗਾ ਅੱਜ ਕਮਰਾ ਸਾਫ਼ ਆ ਆਪਣਾ ਅੱਜ ਕਮਰਾ ਸਾਫ਼ ਆ ਆਪਣਾ ਅੱਜ ਕੁਛ ਖਿਲਾਰਨਾ ਨੀ ਹੈਗਾ ਹਾਂ ਤੂੰ ਫੇਰ ਲੱਗ ਗਿਆ ਤੂੰ ਚੱਕ ਲੈ ਲਾ ਲਾ